ਹੈਲੋ ਏਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬਹੁਤ ਬਹੁਤ ਸਵਾਗਤ ਹੈ ਬੱਚਾ। ਅੱਜ ਦਾ ਆਪਣਾ ਮੌਕ ਟੈਸਟ ਨੰਬਰ 8 ਹੈ। ਆਪਾਂ 8ਵਾਂ ਮੌਕ ਟੈਸਟ ਕਰ ਰਹੇ ਹਾਂ ਔਰ ਪਿਛਲੇ ਮੌਕ ਟੈਸਟ ਜਿਹੜੇ ਹੈ ਆਪਣੇ ਕਾਫੀ ਅੱਛੇ ਗਏ ਹੈ, ਕਾਫੀ ਅੱਛਾ ਰਿਸਪੌਂਸ ਮਿਲਿਆ ਹੈ। ਇਹਦੇ ਲਈ ਬਹੁਤ ਬਹੁਤ ਸ਼ੁਕਰੀਆ। ਐਂਡ ਅੱਜ ਮੌਕ ਟੈਸਟ ਮੈਂ 2-3 ਦਿਨਾਂ ਬਾਅਦ ਅਪਲੋਡ ਕਰ ਰਹੀ ਹਾਂ, ਇਹਦੇ ਲਈ ਮਾਫੀ। ਥੋੜ੍ਹੀ ਜਿਹੀ ਬਿਜ਼ੀ ਹੋ ਗਈ ਸੀਗੀ, ਬਟ ਮੌਕ ਟੈਸਟ ਤੁਹਾਡੇ ਬਹੁਤ ਸਾਰੇ ਮੈਂ ਪ੍ਰਿਪੇਅਰ ਕੀਤੇ। ਜਦ ਤੱਕ ਤੁਹਾਡਾ ਪੰਜਾਬ ਪੁਲਿਸ ਕਾਂਸਟੇਬਲ ਪੇਪਰ ਨਹੀਂ ਆ ਜਾਂਦਾ, ਤਦ ਤੱਕ ਆਪਾਂ ਮੌਕ ਟੈਸਟ ਜਿਹੜੇ ਹੈ ਕਰਦੇ ਰਵਾਂਗੇ। ਇੱਕ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਹੈ, ਉਹ ਇਨਫੋਰਮੇਸ਼ਨ ਇਹ ਹੈ ਜੋ ਮੈਂ ਤੁਹਾਨੂੰ ਦੱਸ ਦੇ ਰਹੀ ਹਾਂ ਕਿ ਬਈ ਤੁਹਾਨੂੰ ਇੱਕ ਫ੍ਰੀ ਨੋਟਸ ਜਿਹੜੇ ਹੈ ਅਵੇਲੇਬਲ ਕੀਤੇ ਜਾਣਗੇ। ਉਹ ਨੋਟਸ ਇੱਦਾਂ ਦੇ ਹੈ ਕਿ ਜਿਸ ਨੂੰ ਆਪਾਂ ਕਹਿੰਦੇ ਜੋਗ੍ਰਾਫੀ ਦੇ, ਪੰਜਾਬ ਪੁਲਿਸ ਕਾਂਸਟੇਬਲ ਦੇ ਜੋਗ੍ਰਾਫੀ ਦੇ ਕੰਪਲੀਟ ਨੋਟਸ, ਠੀਕ ਹੈ। ਇਹ ਤੁਸੀਂ ਕਿੱਦਾਂ ਲੈਣੇ ਹੈ ਇਹ ਵੀ ਮੈਂ ਤੁਹਾਨੂੰ ਦੱਸਾਂਗੀ, ਬਟ ਐਂਡ ਆਫ ਦਾ ਵੀਡੀਓ ਦੇ ਵਿੱਚ ਕਿ ਪੂਰੀ ਕੰਪਲੀਟ ਬੁੱਕ ਤੁਹਾਨੂੰ ਫ੍ਰੀ ਆਫ ਕੋਸਟ ਮਿਲੇਗੀ ਔਰ ਇਹ ਇੰਗਲਿਸ਼ ਤੇ ਪੰਜਾਬੀ 'ਚ ਮਿਲੇਗੀ। ਇਸ ਕਰਕੇ ਇਸ ਮੌਕ ਟੈਸਟ ਨੂੰ ਤੁਸੀਂ ਪੂਰਾ ਦੇਖਣਾ ਹੈ ਤੇ ਵਧੀਆ। ਚਲੋ ਸਟਾਰਟ ਕਰਦੇ ਆ। ਪਹਿਲਾ ਕੁਐਸਚਨ ਇਹ ਕਹਿੰਦਾ ਕਿ ਵੈਨ ਵਾਸ ਦਾ ਪੰਜਾਬ ਐਂਡ ਪੈਪਸੂ ਮਰਜਡ, ਠੀਕ ਹੈ। ਪੰਜਾਬ ਤੇ ਪੈਪਸੂ ਨੂੰ ਕਦੋਂ ਮਰਜ ਕੀਤਾ ਗਿਆ ਸੀਗਾ? ਦੇਖੋ, ਜਦੋਂ ਵੀ ਆਪਾਂ ਪੰਜਾਬ ਤੇ ਪੈਪਸੂ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਇੱਥੇ ਤੁਹਾਨੂੰ ਪੈਪਸੂ ਦੀ ਫੁੱਲ ਫਾਰਮ ਜਿਹੜੀ ਹੈ ਪਤਾ ਹੋਣੀ ਬਹੁਤ ਜ਼ਰੂਰੀ ਹੈ। ਪੀ ਦਾ ਮਤਲਬ ਹੁੰਦਾ ਹੈ ਪਟਿਆਲਾ, ਜਿਨ੍ਹਾਂ ਨੂੰ ਨਹੀਂ ਪਤਾ, ਠੀਕ ਹੈ। ਐਂਡ ਈ ਦਾ ਮਤਲਬ ਹੁੰਦਾ ਹੈ ਈਸਟ ਪੰਜਾਬ ਸਟੇਟਸ ਯੂਨੀਅਨ, ਰਾਈਟ। ਇਹਨੂੰ ਪੈਪਸੂ ਕਿਹਾ ਜਾਂਦਾ ਹੈ ਔਰ ਇਹਦੇ ਵਿੱਚ ਨਾ 8 ਇੱਦਾਂ ਦੇ ਕਹਿ ਲਓ ਪ੍ਰਿੰਸਲੀ ਸਟੇਟ ਸੀਗੇ ਜਿਨ੍ਹਾਂ ਨੂੰ ਮਰਜ ਕੀਤਾ ਗਿਆ ਸੀਗਾ 1948 ਤੋਂ ਲੈ ਕੇ ਬਿਟਵੀਨ 1956 ਤੱਕ, ਠੀਕ ਹੈ। ਤਾਂ ਕੈਪੀਟਲ ਸਿਟੀ ਜਿਹੜੀ ਰੱਖੀ ਗਈ ਸੀ ਪੈਪਸੂ ਦੀ, ਉਹ ਪਟਿਆਲਾ ਨੂੰ ਰੱਖਿਆ ਗਿਆ ਸੀਗਾ। ਤਾਂ ਅਗਰ ਆਪਾਂ ਇਹਦੇ ਆਂਸਰ ਦੀ ਗੱਲ ਕਰੀਏ ਤਾਂ ਆਪਣਾ ਇੱਥੇ ਆਂਸਰ ਕੀ ਆਏਗਾ? ਆਪਣਾ ਆਂਸਰ ਆਏਗਾ 1956 ਇਜ਼ ਦਾ ਰਾਈਟ ਆਂਸਰ, ਕਿ 1956 ਨੂੰ ਜਿਹੜਾ ਹੈ ਪੰਜਾਬ ਅਤੇ ਪੈਪਸੂ ਦਾ ਕਹਿ ਲਓ ਮਰਜ ਹੋਇਆ ਸੀ। ਔਰ ਇਹਦੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਕਿਹੜੇ ਕਿਹੜੇ ਪਾਰਟ ਬਣੇ ਸੀਗੇ। ਇੱਕ ਹੋਰ ਚੀਜ਼ ਹੈ ਸ਼ਿਮਲਾ, ਕਸੌਲੀ, ਕੰਧਾਘਟ ਐਂਡ ਚੰਡੀ ਚੰਡ ਚੈਲ, ਇਹ ਵੀ ਬਾਅਦ ਦੇ ਵਿੱਚ ਜਾ ਕੇ ਪੈਪਸੂ ਦਾ ਪਾਰਟ ਬਣੇ ਨੇ। ਅਗਲੇ ਕੁਐਸਚਨ ਦੀ ਔਰ ਕਹਿੰਦੇ ਪੰਜਾਬ ਐਸੋਸੀਏਸ਼ਨ ਦੁਆਰਾ ਕਿਸ ਬਾਲੀਵੁੱਡ ਸ਼ਖਸੀਅਤ ਨੂੰ ਲਿਵਿੰਗ ਲੈਜੈਂਡ ਲਾਈਫ ਟਾਈਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ? ਲਿਵਿੰਗ ਲੈਜੈਂਡ ਲਾਈਫ ਟਾਈਮ ਅਵਾਰਡ ਪੰਜਾਬ ਐਸੋਸੀਏਸ਼ਨ ਦੇ ਦੁਆਰਾ ਕਿਸ ਨੂੰ ਜਿਹੜਾ ਹੈ ਸਨਮਾਨਿਤ ਕੀਤਾ ਗਿਆ ਸੀ? ਉਹ ਦਿਲੀਪ ਕੁਮਾਰ ਸੀਗੇ, ਠੀਕ ਹੈ। ਦਿਲੀਪ ਕੁਮਾਰ ਨੂੰ ਆਨਰਡ ਕੀਤਾ ਗਿਆ ਸੀ ਔਰ ਹਿੰਦੀ ਸਿਨੇਮਾ ਦੇ ਕਾਫੀ ਵੱਡੇ ਹੀਰੋਏ ਰਹੇ ਨੇ। ਪੰਜਾਬ J4 ਜਿਹੜੀ ਹੈ ਇੱਕ ਵੈਰਾਇਟੀ ਹੈ, ਇਹਨਾਂ ਵਿੱਚੋਂ ਕਿਹੜੇ ਕ੍ਰੋਪ ਸੀ? ਪੰਜਾਬ J4 ਭਾਰਤ ਦੇ ਵਿੱਚ ਹੇਠ ਲਿਖੇ ਫਸਲਾਂ ਵਿੱਚੋਂ ਕਿਹੜੀ ਕਿਸਮ ਦੀ, ਕਿਸ ਕਿਸਮ ਦੀ, ਕਿਸ ਦੀ ਵੈਰਾਇਟੀ ਹੈ? ਬਹੁਤ ਇੰਪੋਰਟੈਂਟ ਕੁਐਸਚਨ ਹੈ ਬੱਚਾ, ਕਿਉਂਕਿ ਕਾਟਨ ਦਾ ਕੁਐਸਚਨ ਜਿਹੜਾ ਹੈ ਐਗਜ਼ਾਮ ਦੇ ਵਿੱਚ ਬਣ ਜਾਂਦਾ ਹੈ ਔਰ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਜਦੋਂ ਆਪਾਂ ਕਾਟਨ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਕਾਟਨ ਨੂੰ ਉਗਾਉਣ ਦੇ ਵਾਸਤੇ ਕਿਹੜੀ ਸੋਇਲ ਦੀ ਜ਼ਰੂਰਤ ਹੁੰਦੀ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਹੁੰਦੀ ਕਾਲੀ ਮਿੱਟੀ, ਜਿਸ ਨੂੰ ਆਪਾਂ ਬਲੈਕ ਸੋਇਲ ਕਹਿੰਦੇ ਹਾਂ, ਬਲੈਕ ਸੋਇਲ ਨੂੰ ਆਪਾਂ ਰੈਗੂਰ ਸੋਇਲ ਵੀ ਕਹਿੰਦੇ ਹਾਂ ਔਰ J34 ਵੈਰਾਇਟੀ ਭਾਰਤ ਦੇ ਵਿੱਚ ਮਿਲਦੀ ਹੈ। ਕਾਟਨ ਦੀ ਅਗਰ ਗੱਲ ਕਰੀਏ, ਗੁਜਰਾਤ ਜਿਹੜਾ ਹੈ ਨੰਬਰ 1 ਸਟੇਟ ਆ ਜਾਂਦਾ ਹੈ। ਵੀਟ ਤੇ ਰਾਈਸ, ਇਹਨਾਂ ਨੂੰ ਸਟੈਪਲ ਫੂਡ ਕਿਹਾ ਜਾਂਦਾ ਹੈ, ਮਤਲਬ ਇਹ ਸਭ ਤੋਂ ਜ਼ਿਆਦਾ ਖਾਏ ਜਾਣ ਵਾਲੇ ਹੈ। ਔਰ ਰਾਈਸ ਰਾਈਸ ਜਿਹੜਾ ਸਭ ਤੋਂ ਜ਼ਿਆਦਾ ਇੰਡੀਆ ਦਾ, ਭਾਰਤ ਦੀ ਅਗਰ ਗੱਲ ਕੀਤੀ ਜਾਏ, ਸਭ ਤੋਂ ਜ਼ਿਆਦਾ ਏਰੀਆ ਜਿਹੜਾ ਹੈ ਜਿੱਥੇ ਰਾਈਸ ਜਿਹੜਾ ਉਗਾਇਆ ਜਾਂਦਾ ਹੈ। ਸ਼ੂਗਰ ਕੇਨ ਜਿਹੜਾ ਹੁੰਦਾ ਨਾ ਬੱਚਾ, ਇੱਕ ਕੈਸ਼ ਕ੍ਰੋਪ ਹੈ,
ਯਾਨੀ ਕਿ ਪੈਸਾ ਇਹਦੇ ਵਿੱਚ ਜ਼ਿਆਦਾ ਬਣਦਾ ਹੈ ਅਤੇ ਇਸਨੂੰ ਕੈਸ਼ ਕ੍ਰੋਪ ਜਿਹੜਾ ਹੈ ਮੰਨਿਆ ਜਾਂਦਾ ਹੈ। ਬੱਚਿਆਂ ਦਾ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਆਰਟੀ ਐਕਟ, ਜੋ ਕਿ 6 ਸਾਲ ਤੋਂ ਲੈ ਕੇ 14 ਸਾਲ ਦੀ ਉਮਰ ਦੇ ਹਰ ਬੱਚੇ ਨੂੰ ਸਿੱਖਿਆ ਦਾ ਮੌਲਿਕ ਅਧਿਕਾਰ ਦਿੰਦਾ ਹੈ, ਕਿਸ ਸਾਲ ਇਸਨੂੰ ਮਨਜ਼ੂਰ ਕੀਤਾ ਗਿਆ ਸੀਗਾ। ਕਹਿੰਦੇ ਇੱਕ ਰਾਈਟ ਟੂ ਚਿਲਡਰਨ ਟੂ ਫਰੀ ਕੰਪਲਸਰੀ ਐਜੂਕੇਸ਼ਨ ਐਕਟ ਹੈ, ਜੋ ਆਰਟੀ ਐਕਟ ਹੈ, ਵਿਚ ਗਿਵਸ ਅ ਐਵਰੀ ਚਾਈਲਡ ਏਜ 6 ਤੋਂ 14 ਫੰਡਾਮੈਂਟਲ ਰਾਈਟ ਫੋਰ ਦਾ ਐਜੂਕੇਸ਼ਨ। ਇਹ ਕਦੋਂ ਪਾਸ ਹੋਇਆ ਸੀਗਾ? ਇਹ ਪਾਸ ਹੋਇਆ ਸੀ ਬੱਚਾ 2009 ਦੇ ਕਰੀਬ, ਠੀਕ ਹੈ। ਔਰ ਇਨਫੋਰਸੇਬਲ ਕਦੋਂ ਹੋਇਆ ਸੀਗਾ? 1 ਅਪ੍ਰੈਲ 2010 ਦੇ ਕਰੀਬ। ਤੇ ਇਹਦੇ ਆਂਸਰ ਜਿਹੜਾ ਹੈ ਆਪਣਾ ਕੀ ਆ ਜਾਏਗਾ ਕਿ ਵੀ ਆਂਸਰ ਇੱਥੇ ਆਪਣੇ ਕੋਲ ਆ ਜਾਏਗਾ ਕਿ 2010 ਦੇ ਕਰੀਬ ਇਹ ਇਨਫੋਰਸੇਬਲ ਹੋਇਆ ਐਂਡ ਜਿਹੜਾ ਹੈ 2009 ਦੇ ਕਰੀਬ ਜਿਹੜਾ ਹੈ ਇਹ ਪਾਸ ਹੋਇਆ। ਸ਼ੋਸ਼ਣ ਦੇ ਖਿਲਾਫ ਅਧਿਕਾਰ ਹੈ, ਰਾਈਟ ਟੂ ਐਕਸਪਲੋਇਟੇਸ਼ਨ ਇਜ਼ ਆ ਕਿ ਕੌਨਸਟੀਟਿਊਸ਼ਨਲ ਰਾਈਟ ਹੈ, ਮੈਥਡ ਹੈ, ਫੰਡਾਮੈਂਟਲ ਰਾਈਟ ਹੈ ਜਾਂ ਲੀਗਲ ਰਾਈਟ ਹੈ। ਬਹੁਤ ਹੀ ਈਜ਼ੀ ਆਂਸਰ ਹੈ ਇਹਦਾ, ਫੰਡਾਮੈਂਟਲ ਰਾਈਟ ਜਿਹੜਾ ਹੈ ਰਾਈਟ ਆਂਸਰ ਆ ਜਾਏਗਾ। ਔਰ ਇਹ ਕੁਐਸਚਨ ਆਪਾਂ ਕੀਤਾ ਹੋਇਆ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਦੱਸਣਾ ਹੈ ਕਿ ਰਾਈਟ ਟੂ ਐਕਸਪਲੋਇਟੇਸ਼ਨ ਜਿਹੜਾ ਹੈ ਇਹ ਕਿੰਨਵਾ ਫੰਡਾਮੈਂਟਲ ਰਾਈਟ ਹੈ। ਇੱਕ ਗੱਲ ਹੋਰ ਹੈ, ਸਾਰੇ ਜਣੇ ਆਪਣਾ ਸਕੋਰ ਜ਼ਰੂਰ ਲਿਖਿਆ ਕਰੋ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਮੌਕ ਟੈਸਟ ਦੇ ਵਿੱਚ ਤੁਹਾਡੇ ਸਕੋਰ ਵੱਧ ਰਹੇ ਹੈ ਜਾਂ ਘੱਟ ਰਹੇ ਹੈ। ਕਮੈਂਟ ਸੈਕਸ਼ਨ 'ਚ ਜ਼ਰੂਰ ਲਿਖਿਆ ਕਰੋ ਬੱਚਾ। ਵੈਨ ਵਾਜ਼ ਦਾ ਰਾਈਟ ਟੂ ਪ੍ਰੋਪਰਟੀ ਰਿਮੂਵਡ ਫਰੋਮ ਦਾ ਲਿਸਟ ਆਫ ਫੰਡਾਮੈਂਟਲ ਰਾਈਟਸ? ਰਾਈਟ ਟੂ ਪ੍ਰੋਪਰਟੀ ਨੂੰ ਕਦੋਂ ਰਿਮੂਵ ਜਿਹੜਾ ਹੈ ਕੀਤਾ ਗਿਆ ਸੀਗਾ? ਇਹ ਕੁਐਸਚਨ ਪੁੱਛਿਆ ਜਾ ਰਿਹਾ ਹੈ। ਆਪਣੀ ਕਿਹੜੀ ਅਮੈਂਡਮੈਂਟ ਹੋਈ ਸੀ? ਇਹ ਸੀਗੀ 44th ਕਨਸਟੀਟਿਊਸ਼ਨਲ ਅਮੈਂਡਮੈਂਟ, ਇਹ ਹੋਈ ਸੀਗੀ 1978 ਦੇ ਕਰੀਬ। ਔਰ ਇਸ ਵਕਤ ਜਿਹੜਾ ਹੈ ਰਾਈਟ ਟੂ ਪ੍ਰੋਪਰਟੀ ਨੂੰ ਹਟਾਇਆ ਗਿਆ ਸੀਗਾ। ਤਾਂ 1978 ਜਿਹੜਾ ਹੈ ਇੱਥੇ ਰਾਈਟ ਆਂਸਰ ਆ ਜਾਏਗਾ ਕਿ ਜਾਇਦਾਦ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਤੋਂ ਕਦੋਂ ਹਟਾਇਆ ਗਿਆ ਸੀ? 1978 ਦੇ ਵਿੱਚ, ਜਦੋਂ 44th ਅਮੈਂਡਮੈਂਟ ਜਿਹੜੀ ਹੈ ਹੋਈ। ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਦੇਖੋ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਜੋ ਆਪਾਂ ਕਰ ਰਹੇ ਹਾਂ। ਅਗਲੇ ਕੁਐਸਚਨ ਦੀ ਔਰ ਵੱਧਦੇ ਹਾਂ। ਇੰਡੀਆ ਇੱਕ ਸੈਕੂਲਰ ਕੰਟਰੀ ਹੈ ਬਿਕੋਜ਼ ਜਿਹੜੇ ਸਿਟੀਜ਼ਨਸ ਹੁੰਦੇ ਆ ਇਹਨਾਂ ਕੋਲ ਫੰਡਾਮੈਂਟਲ ਰਾਈਟ ਹੁੰਦੇ ਆ। ਭਾਰਤ ਨੂੰ ਧਰਮ ਨਿਰਪੱਖ ਦੇਸ਼ ਜਿਹੜਾ ਹੈ ਕਿਹਾ ਜਾਂਦਾ ਹੈ, ਕਿਉਂਕਿ ਨਾਗਰਿਕ ਕੋਲ ਡੈਸ਼ ਮੌਲਿਕ ਅਧਿਕਾਰ ਹੈ ਕਿਹੜਾ ਹੈ ਕਿ ਆਪਾਂ ਕੋਈ ਵੀ ਜਿਹੜਾ ਹੈ ਰਿਲੀਜਨ ਪ੍ਰੋਫੈਸ ਕਰ ਸਕਦੇ ਹਾਂ। ਆਰਟੀਕਲ ਨੰਬਰ 25 ਦੀ ਵਿੱਚ ਵੀ ਇਹ ਗੱਲ ਕੀਤੀ ਗਈ ਹੈ ਕਿ ਫੰਡਾਮੈਂਟਲ ਰਾਈਟ ਹੈ ਕਿ ਆਪਾਂ ਫਰੀ ਪ੍ਰੋਫੈਸ਼ਨ, ਕੋਈ ਵੀ ਪ੍ਰੋਫੈਸ਼ਨ ਲੈ ਸਕਦੇ ਹਾਂ, ਪ੍ਰੈਕਟਿਸ ਕਰ ਸਕਦੇ ਹਾਂ, ਆਪਾਂ ਜਿਹੜਾ ਹੈ ਕੋਈ ਵੀ ਰਿਲੀਜਨ ਅਡੋਪਟ ਕਰ ਸਕਦੇ ਹਾਂ। ਤਾਂ ਆਂਸਰ ਇੱਥੇ ਕੀ ਆ ਜਾਏਗਾ? ਆਪਣਾ ਡੀ ਆ ਜਾਏਗਾ ਕਿ ਆਪਣੀ ਪਸੰਦ ਦੇ ਧਰਮ ਦਾ ਆਪਾਂ ਜਿਹੜਾ ਹੈ ਲੈਣ ਦੀ ਆਜ਼ਾਦੀ ਸਾਨੂੰ ਹੈਗੀ ਹੈ। ਕਹਿੰਦੇ ਨੇ ਥਿਨ ਲੇਅਰ ਆਫ ਲਿਵਿੰਗ ਸੈੱਲ ਜਸਟ ਇਨਸਾਈਡ ਦਾ ਬਾਕ ਆਫ ਅ ਟ੍ਰੀ, ਰੁੱਖ ਦੀ ਸੱਕ, ਜੋ ਤੁਸੀਂ ਅਗਰ ਦੇਖਿਆ ਹੋਏਗਾ, ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਕਿ ਇੱਕ ਨਾ ਬਾਗ ਦਾ ਮਤਲਬ ਕੀ ਹੁੰਦਾ ਕਿ ਜਿਹੜੀ ਪੇੜ ਦੀ ਛਾਲ ਹੁੰਦੀ ਹੈ ਨਾ, ਉਸਨੂੰ ਆਪਾਂ ਕਹਿੰਦੇ ਇੱਕ ਬਹੁਤ ਹੀ ਥਿਨ ਲੇਅਰ ਹੁੰਦੀ ਹੈ, ਇਸਨੂੰ ਆਪਾਂ ਕੀ ਕਹਿੰਦੇ ਹਾਂ ਟ੍ਰੀਜ਼ ਦੀ? ਤਾਂ ਇਸਨੂੰ ਆਪਾਂ ਕਹਿੰਦੇ ਹਾਂ ਬੱਚਾ ਕੈਂਬੀਅਮ। ਇਹ ਸਾਇੰਸ ਦਾ ਕੁਐਸਚਨ ਹੈ, ਕੈਂਬੀਅਮ। ਅੱਛਾ, ਇਸ ਤਰੀਕੇ ਨਾਲ ਜ਼ਾਇਲਮ ਵੀ ਜਿਹੜਾ ਹੈ ਬਹੁਤ ਇੰਪੋਰਟੈਂਟ ਹੈ, ਇੱਥੇ ਤੁਹਾਨੂੰ ਪੰਜਾਬੀ 'ਚ ਵੀ ਦੇਖਣ ਨੂੰ ਮਿਲ ਰਿਹਾ। ਇਸਦਾ ਕੰਮ ਕੀ ਹੁੰਦਾ ਹੈ? ਅਗਰ ਐਗਜ਼ਾਮਿਨਰ ਇਹ ਪੁੱਛਦਾ ਹੈ ਕਿ ਵਾਟਰ ਟਰਾਂਸਪੋਰਟ ਕਰਵਾਉਣ ਦਾ ਕਿਹਦਾ ਕੰਮ ਹੁੰਦਾ ਹੈ, ਜਿਹੜੇ ਰੁੱਖ ਹੁੰਦੇ ਆ, ਪਲਾਂਟਸ ਹੁੰਦੇ ਆ, ਉਹ ਜਿਹੜੇ ਰੂਟਸ ਤੋਂ ਜਿਹੜੇ ਹੈ ਕਹਿ ਲਓ ਪਾਣੀ ਲੈਂਦੇ ਆ, ਅਤੇ ਪਾਣੀ ਜਿਹੜਾ ਹੈ ਲੀਵਸ ਤੱਕ ਜਾਣਾ ਚਾਹੀਦਾ ਹੈ ਸਾਰੇ ਪਾਰਟਸ ਦੇ ਵਿੱਚ। ਕਿਉਂ? ਕਿਉਂਕਿ ਲੀਵਸ ਦੇ ਵਿੱਚ ਫੋਟੋਸਿੰਥੈਸਿਸ ਦੀ ਪ੍ਰੋਸੈਸ ਹੁੰਦੀ ਹੈ। ਤਾਂ ਰੂਟਸ ਤੋਂ ਲੀਵਸ ਤੱਕ ਪਾਣੀ ਜਿਹੜਾ ਹੈ ਉਹ ਜਾਇਲਮ ਹੀ ਲੈ ਕੇ ਜਾਂਦਾ ਹੈ। ਇੱਕ ਬੱਚਾ ਹੁੰਦਾ ਫੋਲਮ, ਫੋਲਮ ਜਿਹੜਾ ਹੁੰਦਾ ਫੂਡ ਟਰਾਂਸਪੋਰਟੇਸ਼ਨ ਕਰਵਾਉਂਦਾ ਹੈ, ਮਤਲਬ ਜਿਹੜਾ ਫੂਡ ਹੁੰਦਾ ਹੈ ਉਹ ਇੱਕ ਇੱਕ ਪਾਰਟ ਤੋਂ ਦੂਜੇ ਪਾਰਟ ਤੱਕ ਲੈ ਕੇ ਜਾਂਦਾ ਹੈ। ਠੀਕ ਹੈ, ਯਾਦ ਰੱਖਣਾ ਐਗਜ਼ਾਮ ਪੁਆਇੰਟ ਆਫ ਵਿਊ ਨਾਲ, ਅਗੇਨ ਵੈਰੀ ਇੰਪੋਰਟੈਂਟ। ਅਗਲਾ ਕਹਿੰਦਾ ਵਟ ਇਜ਼ ਦ ਸਟੇਟ ਆਫ ਅ ਮੈਟਰ ਕਾਲਡ ਵਿਚ ਇਜ਼ ਮੇਡ ਆਫਟਰ ਅ ਕੂਲਿੰਗ ਅ ਗੈਸ ਐਟ ਵੈਰੀ ਲੋ ਡੈਂਸਿਟੀ ਐਟ ਅ ਵੈਰੀ ਲੋ ਟੈਂਪਰੇਚਰ? ਕੀ ਕਹਿ ਰਿਹਾ? ਕਹਿੰਦੇ ਬਹੁਤ ਘੱਟ ਤਾਪਮਾਨ 'ਤੇ
ਬਹੁਤ ਘੱਟ ਘਣਤਾ ਵਾਲੀ ਗੈਸ ਨੂੰ ਠੰਡਾ ਕਰਨ ਤੋਂ ਬਾਅਦ ਕਿਹੜਾ ਪਦਾਰਥ ਬਣਦਾ ਹੈ, ਕਿਹੜੀ ਸਥਿਤੀ ਬਣਦੀ ਹੈ? ਸੋਲਿਡ ਬਣਦਾ ਹੈ, ਪਲਾਜ਼ਮਾ ਬਣਦਾ ਹੈ, ਲਿਕੁਇਡ ਬਣਦਾ ਹੈ, ਜਾਂ ਬੋਸਟ ਆਇਨਸਟਾਈਨ ਬਣਦਾ ਹੈ? ਠੀਕ ਹੈ, ਹੁਣ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ। ਆਨਸਰ ਜਿਹੜਾ ਹੈ ਬੋਸ ਆਇਨਸਟਾਈਨ ਬਣੇਗਾ। ਅਗਰ ਤੁਸੀਂ ਦੇਖੋ, ਪੰਜ ਤਰੀਕੇ ਦੀ ਸਟੇਟਸ ਹੁੰਦੀਆਂ ਨੇ, ਕੋਈ ਵੀ ਚੀਜ਼ ਪੰਜ ਤਰੀਕੇ ਨਾਲ ਦੇਖੋਗੇ, ਜਾਂ ਤਾਂ ਸੋਲਿਡ ਯਾਨੀ ਕਿ ਠੋਸ 'ਚ ਦੇਖੋਗੇ, ਜਾਂ ਪਲਾਜ਼ਮਾ 'ਚ ਦੇਖੋਗੇ, ਜਾਂ ਲਿਕੁਇਡ ਦੇ ਵਿੱਚ ਦੇਖੋਗੇ, ਜਾਂ ਗੈਸ 'ਚ ਦੇਖੋਗੇ, ਜਾਂ ਪਲਾਜ਼ਮਾ ਅਤੇ ਬੋਸ ਆਇਨਸਟਾਈਨ। ਠੀਕ ਹੈ, ਬੋਸ ਆਇਨਸਟਾਈਨ ਦੇ ਵਿੱਚ ਕੀ ਹੁੰਦਾ, ਕੋਈ ਵੀ ਜਿਹੜਾ ਮੈਟਰ ਹੁੰਦਾ ਹੈ ਯਾਨੀ ਕਿ ਗੈਸ ਹੁੰਦੀ ਹੈ, ਉਹਨੂੰ ਕੂਲ ਡਾਊਨ ਕਰਕੇ ਬਹੁਤ ਹੀ ਲੋ ਡੈਂਸਿਟੀ ਜਾਂ ਟੈਂਪਰੇਚਰ ਰੱਖਿਆ ਜਾਂਦਾ, ਤਾਂ ਇਸ ਸਟੇਟ ਦੇ ਵਿੱਚ ਬਦਲ ਜਾਂਦੀ ਹੈ। ਓਕੇ, ਅਗੇਨ ਬੱਚਾ ਸਾਇੰਸ ਦਾ ਕੁਐਸਚਨ ਸੀਗਾ। ਕਹਿੰਦੇ ਨੋਟਿਡ ਫਰੀਡਮ ਫਾਈਟਰ ਜਿਨ੍ਹਾਂ ਦਾ ਨਾਮ ਸੀਗਾ ਸ਼ਹੀਦ ਲਕਸ਼ਮਣ ਨਾਇਕ, ਇਹ ਕਿੱਥੋਂ ਬਿਲੋਂਗ ਕਰਦੇ ਸੀ? ਪ੍ਰਸਿੱਧ ਆਜ਼ਾਦੀ ਦੀ ਅਗਰ ਆਪਾਂ ਗੱਲ ਕਰੀਏ ਫਰੀਡਮ ਫਾਈਟਰ ਦੀ, ਸ਼ਹੀਦ ਲਕਸ਼ਮਣ ਨਾਇਕ ਕਿਹੜੇ ਰਾਜ ਤੋਂ ਬਿਲੋਂਗ ਕਰਦੇ ਸੀਗੇ? ਇਹ ਉੜੀਸਾ ਤੋਂ ਬਿਲੋਂਗ ਕਰਦੇ ਸੀ ਬੱਚਾ। ਉੜੀਸਾ ਜਿਹੜਾ ਹੈ ਰਾਈਟ ਆਨਸਰ ਆ ਜਾਏਗਾ। ਠੀਕ ਹੈ, ਔਰ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ ਇਹਨਾਂ ਨੇ ਕਾਫੀ ਪਾਰਟ ਦਿੱਤਾ ਸੀਗਾ। ਕੁਇਟ ਇੰਡੀਆ ਮੂਵਮੈਂਟ ਜਿਹੜਾ ਹੈ ਇਹ ਕਦੋਂ ਹੋਇਆ ਸੀ? 1942 ਦੇ ਕਰੀਬ। ਇਸੇ ਤਰੀਕੇ ਨਾਲ ਅਗਰ ਪੁੱਛਿਆ ਜਾਂਦਾ ਹੈ ਕਿ ਬਈ ਨੋਨ ਕੋਆਪਰੇਸ਼ਨ ਮੂਵਮੈਂਟ ਜਿਹੜਾ ਹੈ ਕਦੋਂ ਹੋਇਆ ਸੀ? 1920 ਦੇ ਕਰੀਬ। ਅਗਰ ਇਹ ਪੁੱਛਿਆ ਜਾਂਦਾ ਹੈ ਸਿਵਲ ਡਿਸਓਬੀਡੈਂਸ ਮੂਵਮੈਂਟ ਕਦੋਂ ਹੋਇਆ ਸੀ? 1930 ਦੇ ਕਰੀਬ। ਚੰਪਰਨ ਸੱਤਿਆਗ੍ਰਹਿ ਕਦੋਂ ਹੋਇਆ ਸੀ? 1917 ਦੇ ਕਰੀਬ। ਠੀਕ ਹੈ, ਰਿਵੋਲਟ ਐਕਟ ਕਦੋਂ ਆਇਆ ਸੀਗਾ? 1919 ਦੇ ਕਰੀਬ। ਇੱਦਾਂ ਦੇ ਬਹੁਤ ਸਾਰੇ ਆਉਂਦੇ। ਹੁਣ ਕੁਇਟ ਇੰਡੀਆ ਮੂਵਮੈਂਟ ਸਟਾਰਟ ਮੈਂ ਪਹਿਲੇ ਹੀ ਦੱਸ ਚੁੱਕੀ ਹਾਂ, ਆਨਸਰ ਹੈ 1942। ਦੇਖੋ, ਇੱਕ ਮਾਰਕਸ ਤਾਂ ਮੈਂ ਹੀ ਤੁਹਾਡਾ ਜਿਹੜਾ ਹੈ ਸੇਵ ਕਰ ਲਿਆ, ਰਾਈਟ? ਹੈ ਨਾ, ਇੱਦਾਂ ਹੀ ਤਾਂ ਹੁੰਦੇ ਮੈਡਮ, ਟੀਚਰਸ ਐਂ ਹੀ ਹੁੰਦੇ, ਟੀਚਰਸ ਚਾਹੁੰਦੇ ਬੱਚਿਆਂ ਦੇ ਮਾਰਕਸ ਹਮੇਸ਼ਾ ਅੱਛੇ ਆਉਣ, ਮੈਂ ਵੀ ਇਹੀ ਚਾਹੁੰਦੀ ਹਾਂ। ਅਗਲੇ ਕੁਐਸਚਨ ਦੀ ਯਾਰ ਬੱਚਾ, ਹੂ ਸੈਟ ਦ ਵਰਡਸ ਅ ਫਲੈਗ ਇਜ਼ ਅ ਨੈਸੈਸਿਟੀ ਫਾਰ ਆਲ ਨੇਸ਼ਨ, ਮਿਲੀਅਨਸ ਹੈਵ ਡਾਈਡ ਫਾਰ ਇਟ? ਇਹ ਲਿਖੇ ਸ਼ਬਦ ਕਿਸਨੇ ਕਹੇ? ਇੱਕ ਝੰਡਾ ਸਾਰਿਆਂ ਕੌਮਾਂ ਲਈ ਇੱਕ ਹੈ, ਲੱਖਾਂ ਲੋਕ ਇਸ ਲਈ ਜਿਹੜੇ ਹੈ ਮਰ ਚੁੱਕੇ ਹਨ। ਇਹ ਸਟੇਟਮੈਂਟ ਵਾਈਜ਼ ਜਿਹੜੇ ਕੁਐਸਚਨ ਹੁੰਦੇ ਕਾਫੀ ਤਰੀਕੇ ਨਾਲ ਆਉਂਦੇ ਹੈ। ਇਹ ਜਿਹੜਾ ਕਿਹਾ ਗਿਆ ਸੀਗਾ ਮਹਾਤਮਾ ਗਾਂਧੀ ਜੀ ਦੇ ਦੁਆਰਾ, ਠੀਕ ਹੈ, ਆਨਸਰ ਜਿਹੜਾ ਹੈ ਮਹਾਤਮਾ ਗਾਂਧੀ ਜੀ ਆਏਗਾ। ਮਹਾਤਮਾ ਗਾਂਧੀ ਜੀ ਦੇ ਉੱਪਰ ਬਹੁਤ ਸਾਰੇ ਕੁਐਸਚਨ ਜਿਹੜੇ ਹੈ ਪੁੱਛੇ ਜਾਂਦੇ ਹੈ, ਤਾਂ ਈਰਾ ਆਫ ਦਾ ਮਹਾਤਮਾ ਗਾਂਧੀ ਤੁਹਾਨੂੰ ਪੜ੍ਹ ਕੇ ਹੀ ਜਾਣਾ ਹੈ। ਦੇਖੋ, ਮਹਾਤਮਾ ਗਾਂਧੀ ਜੀ ਦੇ ਬਾਰੇ ਗੱਲ ਕਰੀਏ, ਮਹਾਤਮਾ ਕਹਿਣ ਵਾਲੇ ਕੌਣ ਸੀਗੇ? ਰਵਿੰਦਰਨਾਥ ਟੈਗੋਰ ਸੀਗੇ। ਫਾਦਰ ਆਫ ਦਾ ਨੇਸ਼ਨ ਕਿਹਨੇ ਕਿਹਾ ਸੀ? ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ। ਮਹਾਤਮਾ ਗਾਂਧੀ ਜੀ ਦੁਆਰਾ ਕੁਛ ਨਿਊਜ਼ ਪੇਪਰ ਵੀ ਦੱਸ ਦਿੰਦੀ ਹਾਂ, ਇੰਡੀਅਨ ਓਪੀਨੀਅਨ ਇਹਨਾਂ ਦੇ ਦੁਆਰਾ ਲਿਖਿਆ ਗਿਆ ਸੀ, ਹਰੀਜਨ ਇਹਨਾਂ ਦੇ ਦੁਆਰਾ ਲਿਖਿਆ ਗਿਆ ਸੀਗਾ, ਨਵ ਜੀਵਨ ਇਹਨਾਂ ਨੇ ਲਿਖਿਆ ਸੀਗਾ, ਠੀਕ ਹੈ, ਮਾਈ ਐਕਸਪੈਰੀਮੈਂਟਸ ਵਿਦ ਟਰੂਥ ਇਹਨਾਂ ਨੇ ਲਿਖਿਆ ਸੀਗਾ। ਇਹ ਸਾਰੀ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ। ਅਗਲੇ ਕੁਐਸਚਨ ਦੀ ਔਰ, 1917 ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਆਰਗੇਨਾਈਜ਼ ਕੀਤਾ ਸੀ ਸੱਤਿਆਗ੍ਰਹਿ ਖੇੜਾ ਗੁਜਰਾਤ ਦੇ ਵਿੱਚ, ਇਨ ਦਾ ਸਪੋਰਟ ਆਫ, ਕਿਹਦੀ ਸਪੋਰਟ ਦੇ ਵਿੱਚ? ਪੀਜ਼ੈਂਟਸ, ਫਾਰਮਰਸ, ਕਿਉਂਕਿ ਉਹਨਾਂ ਦੇ ਕ੍ਰੋਪ ਫੇਲੀਅਰ ਹੋ ਗਿਆ ਸੀਗਾ, ਇੱਕ ਤਾਂ ਉੱਥੇ ਬਿਮਾਰੀ ਫੈਲ ਗਈ ਸੀ, ਇੱਕ ਤਾਂ ਸੁੱਕਾਪਨ ਫੈਲ ਗਿਆ ਸੀ, ਕਿਤਾ ਕਿਸਾਨ ਦੇ ਫਸਲਾਂ ਦੀ ਅਸਫਲਤਾ ਅਤੇ ਪਲੈਗ ਦੀ ਮਹਾਮਾਰੀ ਤੋਂ ਪ੍ਰਭਾਵਿਤ ਹੋਏ ਸਨ ਇਸ ਕਰਕੇ। ਠੀਕ ਹੈ, ਅੱਛਾ, ਇਸ ਕੁਐਸਚਨ ਦੇ ਵਿੱਚ ਮੈਂ ਤੁਹਾਨੂੰ ਟਾਈਮ ਨਹੀਂ ਦਿੱਤਾ ਸੋਲਵ ਕਰਨ ਦਾ, ਹੈ ਨਾ, ਤੁਸੀਂ ਕਹਿੰਦੇ ਫਟਾਫਟ ਮੈਮ ਨੇ ਆਨਸਰ ਦੱਸਤਾ, ਚਲ ਕੋਈ ਗੱਲ ਨਹੀਂ। ਮਹਾਤਮਾ ਗਾਂਧੀ ਫਾਰਮ ਦਾ ਨਟਲ ਇੰਡੀਅਨ ਕਾਂਗਰਸ ਇਨ ਦਾ ਈਅਰ, ਕਦੋਂ ਉਹਨਾਂ ਨੇ ਫਾਰਮਡ ਕੀਤੀ ਸੀ ਨਟਲ ਇੰਡੀਅਨ ਕਾਂਗਰਸ? ਬਈ 1874, 1894, 1854 ਜਾਂ 1863? ਤਾਂ ਮਹਾਤਮਾ ਗਾਂਧੀ ਨੇ ਨਟਲ ਇੰਡੀਅਨ ਕਾਂਗਰਸ ਉਦੋਂ ਫਾਊਂਡ ਕੀਤੀ ਜਦੋਂ ਸਾਊਥ ਅਫਰੀਕਾ ਦੇ ਵਿੱਚ ਸੀਗੇ, ਕਿਉਂਕਿ ਉਹ ਸਾਊਥ ਅਫਰੀਕਾ ਦੇ ਵਿੱਚ ਜੋ ਹੋ ਰਿਹਾ ਸੀ ਇੰਡੀਅਨਸ ਨਾਲ, ਉਹਦੇ ਖਿਲਾਫ ਲੜਨਾ ਚਾਹੁੰਦੇ ਸੀ, ਤਾਂ 1894 ਜਿਹੜਾ ਹੈ ਰਾਈਟ ਆਨਸਰ ਆਏਗਾ। ਮਹਾਤਮਾ ਗਾਂਧੀ ਟੋਟਲ 21 ਸਾਲ ਤੱਕ ਸਾਊਥ ਅਫਰੀਕਾ ਰਹੇ ਹੈ, ਜੋ 9 ਜਨਵਰੀ 1915 ਦੇ ਵਿੱਚ ਭਾਰਤ ਦੇ ਵਿੱਚ ਵਾਪਿਸ ਆਏ ਹੈ। ਕਹਿੰਦੇ ਇੰਡੀਅਨ ਰਾਈਸ ਰਿਸਰਚ ਇੰਸਟੀਟਿਊਟ ਜਿਹੜਾ ਹੈ ਇਹ ਕਿੱਥੇ ਲੋਕੇਟਿਡ ਹੈ? ਕਿ ਉਹ ਕੋਲਕਾਤਾ ਲੋਕੇਟਿਡ ਹੈ, ਵਰਧਮਾਨ, ਤ੍ਰਿਵੰਦਰਮ ਜਾਂ ਕਟਕ? ਭਾਰਤੀ ਚੋਲ ਖੋਜ ਸੰਸਥਾਨ ਵਿਖੇ ਕਿੱਥੇ? ਕੋਲਕਾਤਾ, ਵਰਧਮਾਨ, ਹਾਂਜੀ, ਤ੍ਰਿਵੇਂਦਰਮ ਜਾਂ ਕਟਕ? ਅਗੇਨ ਵੈਰੀ ਗੁੱਡ ਕੁਐਸਚਨ, ਉੜੀਸਾ ਦੇ ਵਿੱਚ ਬੱਚਾ ਆ ਜਾਂਦਾ ਹੈ, ਤੇ ਕਟਕ ਜਿਹੜਾ ਹੈ ਆਪਣਾ ਰਾਈਟ ਆਨਸਰ ਆਏਗਾ। ਉੜੀਸਾ ਦੇ ਵਿੱਚ ਇੱਕ ਹੋਰ ਚੀਜ਼ ਤੁਹਾਨੂੰ ਯਾਦ ਰੱਖਣੀ ਹੈ, ਭੁਵਨੇਸ਼ਵਰ ਕਹਿ ਰਹੀ ਹਾਂ, ਸੋਰੀ, ਆਪਣਾ ਜਿਹੜਾ ਤੁਹਾਨੂੰ ਲੇਕ ਦੱਸਣਾ ਸੀ ਮੇਨਲੀ,
ਚਿਲਿਕਾ ਲੇਕ ਹੈ ਉੱਤੇ ਜੋ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦਾ ਹੈ। ਵਿਚ ਇਜ਼ ਅ ਲੀਡਿੰਗ ਸਟੇਟ ਇਨ ਮਲਬੇਰੀ ਸੈਰੀਕਲਚਰ। ਮਲਬੇਰੀ ਸੈਰੀਕਲਚਰ ਬਹੁਤ ਇੰਪੋਰਟੈਂਟ ਹੈ। ਮਲਬੇਰੀ ਸੈਰੀਕਲਚਰ ਦਾ ਮਤਲਬ ਕਿ ਸੈਰੀਕਲਚਰ ਦਾ ਮਤਲਬ ਹੁੰਦਾ ਹੈ ਕਿ ਸਿਲਕ, ਜਿਹੜੇ ਸਿਲਕ ਦੇ ਕੀੜੇ ਹੁੰਦੇ ਨਾ ਉਹਨਾਂ ਨੂੰ ਪਾਲਣਾ, ਕਿਉਂਕਿ ਸਿਲਕ ਕਾਫੀ ਇੱਕ ਮਹਿੰਗਾ ਕਹਿ ਲਓ ਫਾਈਬਰ ਆ ਜਾਂਦਾ ਹੈ। ਔਰ ਮਲਬੇਰੀ ਇੱਕ ਪੱਤਾ ਹੁੰਦਾ ਹੈ ਜਿਹਨਾਂ ਸਿਲਕ ਦੇ ਕੀੜੇ, ਮਤਲਬ ਸਿਲਕ ਦੇ ਕੀੜੇ ਜੋ ਖਾਂਦੇ ਆ। ਬਟ ਮਲਬੇਰੀ ਸੈਰੀਕਲਚਰ ਦਾ ਮਤਲਬ ਹੈ ਕਿ ਇੱਕ ਸਿਲਕ ਹੀ ਹੁੰਦੀ, ਇੱਕ ਵੈਰਾਇਟੀ ਹੈ ਸਿਲਕ ਦੀ। ਇਸ ਤਰੀਕੇ ਨਾਲ ਵੈਰਾਇਟੀ ਹੋਰ ਵੀ ਆਉਂਦੀ ਹੈ, ਜਿਵੇਂ ਇੱਕ ਨਾਮ ਹੁੰਦਾ ਤਸਰ, ਠੀਕ ਹੈ, ਇੱਕ ਵੈਰਾਇਟੀ ਹੁੰਦੀ ਇਰੀ, ਇੱਕ ਵੈਰਾਇਟੀ ਹੁੰਦੀ ਮੁੱਗਾ। ਇਹ ਸਾਰੀ ਵੈਰਾਇਟੀਜ਼ ਆ ਜਾਂਦੀਆਂ। ਅਤੇ ਕਿੱਥੇ ਪਾਈ ਜਾਂਦੀ ਹੈ ਇਹ ਕੁਐਸਚਨ ਹੈ, ਅਤੇ ਪਾਈ ਜਾਂਦੀ ਕਰਨਾਟਕਾ ਵਾਲੀ ਸਾਈਡ। ਕਸ਼ਮੀਰ ਜਿਹੜਾ ਹੁੰਦਾ ਹੈ ਬੱਚਾ ਉਹ ਐਪਲ ਅਤੇ ਕੇਸਰ ਵਾਸਤੇ ਕਾਫੀ ਜ਼ਿਆਦਾ ਜਿਹੜਾ ਹੈ ਫੇਮਸ ਹੈ। ਨੈਚੁਰਲ ਰਬਲ ਇਨ ਇੰਡੀਆ, ਭਾਰਤ ਵਿੱਚ ਕੁਦਰਤੀ ਰਬੜ ਦੀ ਵੱਡੀ ਮਾਤਰਾ ਇਹ ਤੁਹਾਨੂੰ ਕਿੱਥੇ ਦੇਖਣ ਨੂੰ ਮਿਲਦੀ ਹੈ? ਆਂਧਰਾ ਪ੍ਰਦੇਸ਼, ਕੇਰਲਾ, ਕਰਨਾਟਕਾ ਜਾਂ ਕਿੱਥੇ? ਤਾਂ ਰਬੜ ਦੀ ਜਿਹੜੀ ਮਾਤਰਾ ਹੈਗੀ ਸਾਨੂੰ ਸਭ ਤੋਂ ਜ਼ਿਆਦਾ ਦੋ ਏਰੀਆਸ 'ਚ ਦੇਖਣ ਨੂੰ ਮਿਲਦੀ ਹੈ। ਇੱਕ ਤਾਂ ਆ ਜਾਂਦਾ ਕੇਰਲਾ, ਠੀਕ ਹੈ, ਇੱਕ ਆ ਜਾਂਦਾ ਤਾਮਿਲਨਾਡੂ, 86%। ਤਾਂ ਆਪਾਂ ਆਂਸਰ ਪਹਿਲੇ ਕੇਰਲਾ ਹੀ ਦੇਵਾਂਗੇ, ਠੀਕ ਹੈ। ਕੇਰਲ ਕੌਫੀ ਕਰਨਾਟਕਾ ਦੇ ਵਿੱਚ ਮਿਲਦੀ ਹੈ। ਮਲੀਮਤ ਕਮੇਟੀ ਰਿਪੋਰਟਸ ਇਹ ਕਿਹਦੇ ਨਾਲ ਡੀਲ ਕਰਦੀ ਹੈ? ਪਿਛਲੀ ਵਾਰ ਵੀ ਪੜ੍ਹਿਆ ਸੀ, ਇਹ 2003 ਦੇ ਵਿੱਚ ਆਈ ਸੀ, ਕ੍ਰਿਮੀਨਲ ਜਸਟਿਸ ਦੇ ਨਾਲ ਡੀਲ ਕਰਦੀ ਹੈ। ਕਿਹੜਾ ਪੈਨਲ ਹੈ ਜੋ ਕਿ ਗਵਰਨਮੈਂਟ ਆਫ ਇੰਡੀਆ ਦੇ ਦੁਆਰਾ ਸੁਜੈਸਟ ਕੀਤਾ ਗਿਆ ਤਾਂ ਕਿ ਆਪਾਂ ਡੀ ਕੰਟਰੋਲ ਕਰ ਸਕੀਏ ਸ਼ੂਗਰ ਇੰਡਸਟਰੀ ਦੇ ਲਈ? ਤਾਂ ਇਹ ਪੈਨਲ ਬੈਠਿਆ ਸੀਗਾ 2012 ਦੇ ਵਿੱਚ, ਔਰ ਇਸ ਪੈਨਲ ਦਾ ਨਾਮ ਸੀਗਾ ਰੰਗ ਰਾਜਨ ਪੈਨਲ। ਦਾ ਡੈਸ਼ ਵਾਜ਼ ਅ ਗਰੁੱਪ ਆਫ 7 ਮੈਂਬਰਸ ਆਫ ਪਾਰਲੀਮੈਂਟ ਜੋ ਕਿ ਯੂਨਾਈਟਿਡ ਕਿੰਗਡਮ ਤੋਂ ਆਈ ਸੀ, ਜਿਨ੍ਹਾਂ ਨੇ ਸਾਨੂੰ ਕੌਨਸਟੀਟਿਊਸ਼ਨਲ ਰਿਫੋਰਮਸ ਜਿਹੜੇ ਹੈ ਦੱਸਣੇ ਸੀਗੇ। ਤਾਂ ਪੈਨਲ ਆਇਆ ਸੀਗਾ, ਉਸ ਪੈਨਲ ਦਾ ਨਾਮ ਕੀ ਸੀਗਾ? ਦੇਖੋ 1928 ਦੇ ਵਿੱਚ ਆਇਆ ਸੀ, 1927 'ਚ ਉਹਨੂੰ ਫੋਰਮਡ ਕੀਤਾ ਗਿਆ ਸੀ, 1930 ਦੇ ਵਿੱਚ ਇਹਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ, 1935 ਦੇ ਵਿੱਚ ਇਹਦੇ ਕਾਰਨ ਗਵਰਨਮੈਂਟ ਆਫ ਇੰਡੀਆ ਐਕਟ ਆਇਆ ਸੀ। ਤੁਸੀਂ ਬਿਲਕੁਲ ਸਹੀ ਹੋ, ਆਂਸਰ ਜਿਹੜਾ ਹੈ ਸਾਈਮਨ ਕਮਿਸ਼ਨ ਹੈ। ਔਰ ਇਹਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਹੈ 7 ਤੋਂ 7 ਮੈਂਬਰ ਸੀ, ਸਾਰੇ ਦੇ ਸਾਰੇ ਅੰਗਰੇਜ਼ ਸੀਗੇ, ਇਸੇ ਕਰਕੇ ਇਸਦਾ ਬਾਈਕਾਟ ਕੀਤਾ ਗਿਆ। ਗੋ ਸਾਈਮਨ ਬੈਗ ਦੇ ਨਾਅਰੇ ਵੀ ਲਗਾਏ ਗਏ, ਲਾਲਾ ਲਾਜਪਤ ਰਾਏ ਦੀ ਇਹਦੇ 'ਚ ਡੈਥ ਵੀ ਹੋਈ ਸੀ। ਤਾਂ ਇੱਥੇ ਆਪਣਾ ਜਿਹੜਾ ਹੈ ਅੱਜ ਦਾ ਮੌਕ ਟੈਸਟ ਜਿਹੜਾ ਹੈ ਖਤਮ ਹੁੰਦਾ ਹੈ। ਹੁਣ ਗੱਲ ਆਉਂਦੀ ਹੈ ਕਿ ਮੈਮ ਜਿਹੜਾ ਸਾਡਾ ਤੁਸੀਂ ਦੱਸਿਆ ਹੈ ਕਿ ਸਾਨੂੰ ਫ੍ਰੀ ਨੋਟਸ ਮਿਲਣਗੇ, ਉਹ ਕਿੱਥੋਂ ਮਿਲਣਗੇ? ਦੇਖੋ ਬਹੁਤ ਧਿਆਨ ਦੇ ਨਾਲ ਸਮਝੋ, ਕਮੈਂਟ ਸੈਕਸ਼ਨ ਦੇ ਵਿੱਚ, ਠੀਕ ਹੈ, ਕਮੈਂਟ ਸੈਕਸ਼ਨ ਦੇ ਵਿੱਚ ਅਗਰ ਜਾਓਗੇ ਉੱਥੇ ਮੈਂ ਆਪਣੇ ਗਰੁੱਪ ਦਾ ਲਿੰਕ ਡਾਲਾਂਗੀ। ਅੱਛਾ, ਇਹ ਗਰੁੱਪ ਦਾ ਲਿੰਕ ਕੀ ਹੈ? ਹੁਣ ਜਿਹੜਾ ਇਹ ਲਿੰਕ ਹੈ ਨਾ ਬੱਚਾ, ਇਸ ਲਿੰਕ ਦੇ ਵਿੱਚ ਕੀ ਹੋਣਾ, ਤੁਸੀਂ ਕਰਨਾ ਕੀ, ਜਿਵੇਂ ਮੈਂ ਦੱਸਦੀ ਹਾਂ, ਅਗਰ ਤੁਸੀਂ ਉਵੇਂ ਕਰਦੇ ਤਾਂ ਹੀ ਤੁਸੀਂ ਨੋਟਸ ਜਿਹੜੇ ਹੈ ਅਵੇਲ ਕਰ ਪਾਓਗੇ, ਠੀਕ ਹੈ, ਅਦਰਵਾਈਜ਼ ਨਹੀਂ। ਤਾਂ ਤੁਹਾਡਾ ਪ੍ਰਾਈਸ ਇਹੀ ਹੈ ਕਿ ਤੁਸੀਂ ਉਸ ਗਰੁੱਪ ਨੂੰ ਜੁਆਇਨ ਕਰਨਾ ਹੈ, ਔਰ ਤਾਂ ਹੀ ਤੁਹਾਨੂੰ, ਔਰ ਉਸੀ ਲਿੰਕ ਤੋਂ ਜੁਆਇਨ ਕਰਨਾ, ਤਾਂ ਹੀ ਤੁਹਾਨੂੰ ਇਹ ਜਿਹੜੇ ਨੋਟਸ ਹੈਗੇ ਹੈ ਉਹ ਤੁਹਾਡੇ ਮਿਲਣਗੇ, ਠੀਕ ਹੈ। ਹੁਣ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਮੈਂ ਲਿੰਕ ਤੁਹਾਨੂੰ ਪ੍ਰੋਵਾਈਡ ਕਰੂੰਗੀ। ਉਸ ਲਿੰਕ ਦੇ ਵਿੱਚ ਅਗਰ ਆਪਾਂ ਦੇਖੀਏ ਜਾਓਗੇ ਤਾਂ ਤੁਸੀਂ, ਤਾਂ ਤੁਹਾਨੂੰ ਜਿਹੜਾ ਹੈ ਕਿਸ ਤਰੀਕੇ ਦਾ ਪੋਰਟਲ ਇੱਕ ਮਿਲੇਗਾ, ਉੱਥੇ ਤੁਹਾਨੂੰ ਆਪਣੀ ਆਈਡੀ ਦੇ ਨਾਲ ਲੌਗਇਨ ਕਰਨਾ ਹੈ, ਠੀਕ ਹੈ। ਹੁਣ ਉਹ ਗਰੁੱਪ ਲਿੰਕ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਕਿੱਦਾਂ ਦਾ ਹੈ, ਕਿਵੇਂ ਤੁਸੀਂ ਜੁਆਇਨ ਕਰਨਾ ਹੈ। ਜਿਵੇਂ ਲੈਟ ਮੀ ਸ਼ੋ ਯੂ, ਅਗਰ ਆਪਾਂ ਜਾਣਦੇ ਹਾਂ ਸੀ, ਇੱਦਾਂ ਦਾ ਆਪਣਾ ਲਿੰਕ ਹੈ, ਇੱਦਾਂ ਤੁਹਾਡਾ ਲਿੰਕ ਦੇ ਵਿੱਚ ਕਲਿੱਕ ਕਰੋਗੇ ਤਾਂ ਆਹ ਚੀਜ਼ ਓਪਨ ਹੋ ਜਾਏਗੀ, ਕਿਉਂਕਿ ਮੈਂ ਪੰਜਾਬ ਅੱਡਾ 24/7 'ਤੇ ਪੜ੍ਹਾਉਂਦੀ ਹਾਂ ਨਾ, ਤਾਂ ਇਹ ਲਿੰਕ ਜਿਹੜਾ ਹੈ ਓਪਨ ਹੋਏਗਾ। ਹੁਣ ਤੁਸੀਂ ਕਰਨਾ ਕੀ ਹੈ ਕਿ ਇੱਥੇ ਸਾਈਨ ਅਪ ਕਰਨਾ ਹੈ, ਲੌਗਇਨ ਕਰਨਾ ਹੈ, ਆਪਣੇ ਨੰਬਰ ਦੇ ਨਾਲ ਕਰ ਲਓ, ਆਪਣੇ ਗੂਗਲ ਅਕਾਊਂਟ ਦੇ ਨਾਲ ਕਰ ਲਓ, ਜਿੱਦਾਂ ਮਰਜ਼ੀ ਕਰ ਲਓ। ਜਦੋਂ ਤੁਸੀਂ ਇਹਨੂੰ ਲੌਗਇਨ ਕਰ ਲਿਆ, ਪਹਿਲਾਂ ਇਸ ਵੈਬਸਾਈਟ ਦੇ ਉੱਤੇ ਜਾ ਕੇ ਲੌਗਇਨ ਜ਼ਰੂਰ ਕਰਨਾ ਹੈ, ਆਈ ਵਾਂਟ ਦੈਟ, ਤੁਸੀਂ ਉਸਨੂੰ ਲੌਗਇਨ ਕਰ ਲਓ, ਠੀਕ ਹੈ। ਲੌਗਇਨ ਕਰ ਲਿਆ, ਫਿਰ ਉਸ ਤੋਂ ਬਾਅਦ ਕੀ ਕਰਨਾ ਹੈ,
ਇੱਥੋਂ ਲੌਗਇਨ ਕਰਨ ਖਤਮ ਕਰਨ ਤੋਂ ਬਾਅਦ ਤੁਹਾਡੀ ਇੱਕ ਆਈਡੀ ਕ੍ਰੀਏਟ ਹੋ ਜਾਏਗੀ। ਆਈਡੀ ਤੁਸੀਂ ਇੱਥੋਂ ਹੀ ਕ੍ਰੀਏਟ ਕਰਨਾ ਤਾਂ ਕਿ ਤੁਸੀਂ ਮੇਰੇ ਗਰੁੱਪ ਦੇ ਵਿੱਚ ਜਿਹੜਾ ਹੈ ਜੁਆਇਨ ਹੋ ਸਕੋ। ਦੈਨ ਤੁਸੀਂ ਅੱਡਾ 24/7 ਦਾ ਐਪ ਜਿਹੜਾ ਹੈ ਡਾਊਨਲੋਡ ਕਰ ਲੈਣਾ ਪਲੇ ਸਟੋਰ ਤੋਂ ਜਾ ਕੇ। ਪਲੇ ਸਟੋਰ ਤੇ ਜਾਓਗੇ ਨਾ ਤਾਂ ਤੁਹਾਨੂੰ ਅੱਡਾ 24/7 ਦਾ ਐਪ ਮਿਲੇਗਾ। ਜਿਵੇਂ ਮੈਂ ਤੁਹਾਡੇ ਸਾਹਮਣੇ ਪਹਿਲੇ ਇੱਥੇ ਲੌਗਇਨ ਕਰ ਲਿਆ, ਫਿਰ ਤੁਸੀਂ ਜਿਵੇਂ ਹੁਣ ਇਹ ਐਪ ਆਈਪੈਡ ਹੈਗਾ ਤੇ ਅੱਡਾ 24/7 ਦਾ ਐਪ ਆਪਾਂ ਐਵੇਂ ਸਰਚ ਕਰ ਲੈਣਾ। ਤੁਸੀਂ ਪਹਿਲਾਂ ਲੌਗਇਨ ਜ਼ਰੂਰ ਕਰਨਾ ਹੈ ਬੱਚਾ, ਇੱਦਾਂ ਨਹੀਂ, ਠੀਕ ਹੈ। ਫਿਰ ਅੱਡਾ 24/7 ਦਾ ਜਿਵੇਂ ਐਵੇਂ ਐਪ ਡਾਊਨਲੋਡ ਕਰ ਲਿਆ, ਐਪ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਜਿਹੜਾ ਹੈ ਨਾ ਇੱਥੇ ਇੱਕ ਕਮਿਊਨਿਟੀ ਟੈਬ ਮਿਲੇਗਾ। ਕਮਿਊਨਿਟੀ ਟੈਬ ਦਾ ਮਤਲਬ ਕੀ ਹੁੰਦਾ ਹੈ, ਮਤਲਬ ਕਹਿ ਲਓ ਮੈਂ ਤੁਹਾਨੂੰ ਦਿਖਾਉਂਦੀ ਹਾਂ, ਜਿਵੇਂ ਇਹ ਡਾਊਨਲੋਡ ਹੋ ਗਿਆ। ਹੁਣ ਇੱਥੇ ਮੈਂ ਲੌਗਇਨ ਨਹੀਂ ਕਰੂੰਗੀ, ਲੌਗਇਨ ਮੈਂ ਤੁਹਾਨੂੰ ਬਾਅਦ ਦੇ ਵਿੱਚ ਉਹ ਕਰਕੇ ਦਿਖਾਉਂਗੀ। ਲੌਗਇਨ ਕਰਨ ਤੋਂ ਬਾਅਦ ਨਾ ਤੁਸੀਂ ਇੱਕ ਚੀਜ਼ ਦੇਖੋਗੇ ਕਿ ਵੀ ਕਮਿਊਨਿਟੀ ਥੱਲੇ, ਜਿਵੇਂ ਇੱਥੇ ਥੱਲੇ ਆਪਸ਼ਨ ਦੇ ਵਿੱਚ ਨਾ ਇੱਥੇ ਕਮਿਊਨਿਟੀ ਜੀ ਬਣੀ ਹੋਏਗੀ। ਕਮਿਊਨਿਟੀ ਨੂੰ ਖੋਲ੍ਹ ਕੇ ਉੱਥੇ ਤੁਹਾਨੂੰ ਯਸ਼ਿਕਾ ਮੈਮ ਦਾ ਗਰੁੱਪ ਮਿਲੇਗਾ, ਠੀਕ ਹੈ, ਮੇਰਾ ਗਰੁੱਪ ਮਿਲੇਗਾ। ਉਸ ਗਰੁੱਪ ਦੇ ਵਿੱਚ ਤੁਸੀਂ ਜਾ ਕੇ ਜਿਹੜਾ ਹੈ ਆਪਣਾ ਨੋਟਸ ਜਿਹੜੇ ਹੈ ਲੈ ਸਕਦੇ ਹੋ। ਹੁਣ ਇਹ ਵੀ ਤੁਹਾਨੂੰ ਦੱਸ ਦੇਣੀ ਆ ਉਸ ਗਰੁੱਪ ਦੇ ਵਿੱਚ ਜਾਣ ਦਾ ਫਾਇਦਾ ਕੀ ਹੈਗਾ। ਦੋ ਚੀਜ਼ਾਂ ਹੋਣਗੀਆਂ, ਤੁਹਾਨੂੰ ਜਿੰਨੇ ਵੀ ਮੇਰੇ ਨੋਟਸ ਹੋਣਗੇ ਸਾਰੇ ਨੋਟਸ ਉੱਥੋਂ ਮਿਲ ਜਾਣਗੇ। ਮੈਂ ਤੁਹਾਨੂੰ ਈਵਨਲੀ ਪਿਕਚਰਸ ਵੀ ਦਿਖਾ ਦਿੰਦੇ ਹਾਂ ਕਿ ਕਿਵੇਂ ਕਿਵੇਂ ਕਿਹੜਾ ਕਿਹੜਾ ਕਿੱਥੇ ਕਿੱਥੇ ਕਮਿਊਨਿਟੀ ਹੈਗੀ ਹੈ, ਕਿੱਥੋਂ ਤੁਸੀਂ ਜਿਹੜਾ ਹੈ ਲੈ ਸਕਦੇ ਹੋ, ਠੀਕ ਹੈ। ਤੁਹਾਨੂੰ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਕਿ ਸਾਨੂੰ ਮਿਲੇਗਾ ਕਿ ਨਹੀਂ ਮਿਲੇਗਾ, ਕਿਵੇਂ ਮਿਲੇਗਾ। ਆਹ ਦੇਖੋ, ਜਸਟ ਅ ਮਿਨਟ, ਇੱਕ ਸੈਕਿੰਡ, ਸ਼ੋ ਕਰਦੀ ਆ ਤੁਹਾਨੂੰ, ਠੀਕ ਹੈ। ਆਲੋ ਆਓ ਦੇਖੀਏ, ਤਾਂ ਆਪਾਂ ਜਿਹੜਾ ਹੈ ਇਹ ਤਾਂ ਕਰ ਲਿਆ, ਲੌਗਇਨ ਕਰ ਲਿਆ। ਹੁਣ ਤੁਹਾਡੇ ਸਾਹਮਣੇ ਐਪ ਖੁੱਲ੍ਹ ਜਾਏਗਾ, ਇੱਥੇ ਤੁਹਾਨੂੰ ਕਮਿਊਨਿਟੀ ਸ਼ੋ ਹੋਏਗਾ, ਆਹ ਕਮਿਊਨਿਟੀ ਤੁਹਾਨੂੰ ਸ਼ੋ ਹੋ ਰਿਹਾ ਹੋਏਗਾ। ਲੈਟ ਮੀ ਸ਼ੋ ਯੂ, ਹੇਅਰ ਇਟ ਇਜ਼। ਆਹ ਦੇਖੋ, ਆਹ ਕਮਿਊਨਿਟੀ ਸ਼ੋ ਹੋ ਰਿਹਾ, ਇਹ ਕਮਿਊਨਿਟੀ ਨੂੰ ਕਲਿੱਕ ਕਰਨਾ ਹੈ। ਜਿੱਦਾਂ ਹੀ ਤੁਸੀਂ ਕਮਿਊਨਿਟੀ ਕਰੋਗੇ ਕਲਿੱਕ, ਤਾਂ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਕਿਸ ਤਰੀਕੇ ਦੇ ਨਾਲ ਆਪਣੇ ਕੋਲ ਆ ਜਾਏਗਾ। ਕਮਿਊਨਿਟੀ ਤੋਂ ਬਾਅਦ ਇੱਥੇ ਉੱਪਰ ਨੂੰ ਅਗਰ ਤੁਸੀਂ ਦੇਖੋਗੇ ਸਾਡਾ ਜਿਹੜਾ ਹੈ ਮੇਰਾ ਗਰੁੱਪ ਵੀ ਆਏਗਾ। ਗਰੁੱਪ ਵੀ ਤੁਹਾਨੂੰ ਮੈਂ ਜਿਹੜਾ ਹੈ ਸ਼ੋ ਕਰ ਦੇਣੀ ਹੈ ਕਿਹੋ ਜਿਹਾ ਗਰੁੱਪ ਹੈ। ਜਸਟ ਅ ਸੈਕਿੰਡ, GKGS/ਯਸ਼ਿਕਾ ਮੈਮ ਹੈ, ਅਤੇ ਇੱਥੇ ਸਾਰੇ ਬੱਚੇ ਮੇਰੇ ਤੋਂ ਡਾਊਟ ਵੀ ਪੁੱਛਦੇ ਆ, ਸਭ ਕੁਝ ਪੁੱਛਦੇ ਆ। ਇੱਦਾਂ ਗਰੁੱਪ ਬਣਿਆ GKGS। ਹੁਣ ਇੱਥੇ ਮੈਂ ਤੁਹਾਡੀ PDF ਪਾਊਂਗੀ, ਠੀਕ ਹੈ, ਇੱਥੇ ਸਾਰੀ PDF ਪਾ ਦਾਂਗੀ, ਤੁਹਾਨੂੰ ਸਾਰੀ ਜੋਗ੍ਰਾਫੀ ਦੇ ਜਿਹੜੇ ਕੰਪਲੀਟ ਨੋਟਸ ਆ ਉਹ ਮਿਲ ਜਾਣਗੇ। ਹੁਣ ਇਹ ਜੋਗ੍ਰਾਫੀ ਦੇ ਜਿਹੜੇ ਕੰਪਲੀਟ ਨੋਟਸ ਹੈ ਇਹ ਕਿੱਦਾਂ ਦੇ ਹੈ, ਮੈਂ ਇਹ ਵੀ ਤੁਹਾਨੂੰ ਸ਼ੋ ਕਰਨਾ ਚਾਹੂੰਗੀ। ਇੱਥੇ ਆਪਣੀ PDF ਬਣੀ ਹੋਈ ਹੈ, ਇਹ ਇੰਗਲਿਸ਼ ਐਂਡ ਪੰਜਾਬੀ ਦੇ ਵਿੱਚ ਦੋਨਾਂ ਦੇ ਵਿੱਚ ਨੋਟਸ ਹੈਗੇ ਹੈ, ਠੀਕ ਹੈ, ਮਰਜ ਕੀਤੀ ਹੋਈ ਹੈ, ਕਿਉਂਕਿ ਇੱਕ ਇੱਕ ਚੈਪਟਰਸ ਨੂੰ ਬਹੁਤ ਆਰਾਮ ਦੇ ਨਾਲ ਬਣਾਇਆ ਗਿਆ ਹੈ। ਤਾਂ ਇਹ ਪੰਜਾਬੀ ਦੇ ਵਿੱਚ ਵੀ ਹੈ, ਅੰਗਰੇਜ਼ੀ ਦੇ ਵਿੱਚ ਵੀ ਹੈ, ਇਹ ਫ੍ਰੀ ਆਫ ਕੋਸਟ ਹੈ, ਤਾਂ ਤੁਸੀਂ ਇੱਥੋਂ ਜਾ ਕੇ ਲੈ ਸਕਦੇ ਹੋ, ਠੀਕ ਹੈ। ਚਲੋ, ਥੈਂਕ ਯੂ ਵੈਰੀ ਮਚ, ਆਈ ਹੋਪ ਯੂ ਲਾਈਕ ਦਾ ਸੈਸ਼ਨ, ਹੈਵ ਅ ਗ੍ਰੇਟ ਡੇ। ਔਰ ਕਮੈਂਟ ਸੈਕਸ਼ਨ ਦੇ ਵਿੱਚ ਲਿੰਕ ਹੋਏਗਾ, ਐਵੇਂ ਹੀ ਤੁਸੀਂ ਸਟੈਪਸ ਜਿਹੜੇ ਹੈ ਉਹ ਫੋਲੋ ਅਪ ਕਰਨੇ ਹੈ।